वाहेगुरु जी का खालसा वाहेगुरु जी की फतेह। हाँ जी, मैं मनप्रीत रामगढ़िया तुहाडे लई अज गारे वटां वाली पग की वीडियो लैके आया हाँ। हाँ जी, सिंपली तुसी की करना, सूई लैके जां तुहाडे कोल कोई सूआ होगा उहदे नाल हाँ जी आपां वट जिहड़े पावांगे। हाँ जी, सिंपली पहला तुसी पग बन्ननी आ, जिद्दां भी तुसी बन्नदे हो ढिल्ले पेच, जिद्दां भी है ना पग बन्न के उस तों बाद जिहड़े पेच आ उहनां ते आपां जिहड़ी सूई आ उह डिंगी करके मारनी आ, जिहनूं आपां सूआ भी कह दिंदे आ। जे तुसी उहनूं सिद्धा मारोगे तां जिहड़ी तुहाडी पग आ उह फट जूगी ਅਤੇ ਤੁਹਾਡੇ ਵੱਟ 'ਤੇ ਪੈ ਜਾਣਗੇ, ਪਰ ਜਿਹੜੀ ਤੁਹਾਡੀ ਪਾਗਾ ਫੜ ਜੂਗੀ। ਅਤੇ ਤੁਸੀਂ ਜਿਹੜੀ ਸੂਈ ਆ ਉਹਨੂੰ ਟਿਸ਼ੀ ਕਰਕੇ ਮਾਰਨਾ ਵੇ, ਇਹਦੇ ਨਾਲ ਤੁਹਾਡੀ ਜਿਹੜੀ ਪਾਗਾ ਨਹੀਂ ਫਟੂਗੀ ਅਤੇ ਵੱਟ ਵੀ ਤੁਹਾਡੇ ਵਧੀਆ ਪੈ ਜਾਣਗੇ। ਅਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿਹੜੀ ਸੂਈ ਆ ਉਹ ਆਪਣੀ ਤਿਰਛੀ ਕਰਕੇ ਮਾਰਨੀ ਆ, ਮਤਲਬ ਟੇਢੀ ਕਰਕੇ ਮਾਰਨੀ ਆ। ਤੁਸੀਂ ਦੇਖੋ ਹੌਲੀ ਜਿਹੀ ਪਹਿਲਾਂ ਸੂਈ ਨੂੰ ਇੱਕ ਪੇਚ ਰੱਖਣਾ ਹੈ ਅਤੇ ਡੀਂਗੇ ਕਰਕੇ ਤਾਂ ਉਹਨੂੰ ਚੁੱਕਣਾ ਪੇਚ, ਵੱਟ ਹੌਲੀ ਹੌਲੀ ਤਾਂ ਉਹਨੂੰ ਚੁੱਕਣੇ ਆ ਪੇਚ। ਵੇਖੋ ਮੈਂ ਕਿੱਦਾਂ ਕਿਸ ਤਰੀਕੇ ਨਾਲ ਜਿਹੜੇ ਵੱਟ ਆ ਚੁੱਕ ਕੇ ਪਾਉਂਦਾ ਪਿਆ ਵਾਂ, ਬਹੁਤ ਹੀ ਵਧੀਆ ਵੱਟ ਜਿਹੜੇ ਪੈਂਦੇ ਪੇਚ। ਅਤੇ ਉਮੀਦ ਕਰਦਾ ਤੁਸੀਂ ਵੀ ਸਾਰੇ ਵੀਰ ਇੱਦਾਂ ਦੇ ਵੱਟ ਪਾ ਕੇ ਅਤੇ ਇੰਸਟਾਗ੍ਰਾਮ 'ਤੇ ਮੈਨੂੰ ਵੀਰੇ ਆਪਣੀ ਫੋਟੋ ਸੈਂਡ ਕਰ ਦਿਓ, ਜਿਹੜੇ ਜਿਹੜੇ ਵੀਰਾਂ ਨੇ ਮੇਰੀ ਵੀਡੀਓ ਦੇਖ ਕੇ ਵੱਟ ਪਾਏ ਆ। ਹਾਂਜੀ, ਬਾਕੀ ਦੇਖੋ ਬਹੁਤ ਹੀ ਸੌਖੇ ਵੱਟ ਆ, ਕਈ ਵੀਰਾਂ ਨੇ ਫਰਮੈਸ਼ ਜੀ ਵੀ ਤੁਸੀਂ ਵੱਟ ਕਿੱਦਾਂ ਪਾਉਂਦੇ ਹੋ ਵੀਡੀਓ ਲੈ ਕੇ ਆਓ। ਹਾਂਜੀ, ਬਹੁਤ ਹੀ ਆਸਾਨ ਤਰੀਕੇ ਨਾਲ ਮੈਂ ਵੱਟ ਦੱਸੇ ਆ, ਬਹੁਤ ਹੀ ਵਧੀਆ ਵੱਟ ਆ। ਜੇ ਤੁਸੀਂ ਇਸ ਤੋਂ ਵੀ ਬਰੀਕ ਕਰਨਾ ਚਾਹੁੰਦੇ ਹੋ ਤਾਂ ਥੋੜ੍ਹਾ ਹੋਰ ਜ਼ਿਆਦਾ ਟਾਈਮ ਲਾ ਕੇ ਆਪਣੇ ਜਿਹੜੇ ਵੱਟ ਆ ਉਹ ਬਰੀਕ ਕਰ ਸਕਦੇ ਹੋ। ਬਾਕੀ ਮੈਂ ਜਿਹੜੀ ਵੀਡੀਓ ਥੋੜ੍ਹੀ ਜਿਹੀ ਫਾਸਟ ਕੀਤੀ ਹੋਈ ਆ, ਜ਼ਿਆਦਾ ਟਾਈਮ ਲੱਗਦਾ ਵੱਟ ਪਾਉਣ ਨੂੰ, ਅਤੇ ਸਿੰਪਲੀ ਤੁਸੀਂ ਇੱਦਾਂ ਹੀ ਵੱਟ ਪਾਉਣੇ ਆ। ਔਰ ਦੇਖੋ ਇੱਕ ਪੇਜ ਕਰਕੇ ਤਾਂ ਚੁੱਕ ਕੇ ਜਿਹੜੇ ਆਪਣੇ ਵੱਟ ਆ ਪਾਉਣੇ ਆ। ਬਾਕੀ ਜਿਹੜੇ ਵੀਰਾਂ ਨੂੰ ਨਹੀਂ ਸਮਝ ਲੱਗਦੀ, ਮੈਂ ਪੂਰੇ ਡਿਟੇਲ 'ਚ ਦੱਸਿਆ ਹੋਇਆ ਕਿੱਦਾਂ ਮਤਲਬ ਕਿੱਥੋਂ ਕੀ ਕਰਨਾ ਹੈ, ਇੱਕ ਇੱਕ ਵੱਟ ਚੁੱਕ ਕੇ ਜਿਹੜੇ ਪਾਉਣੇ ਆ। ਅਤੇ ਬਾਕੀ ਜੇ ਤੁਸੀਂ ਇਸ ਤੋਂ ਵੀ ਜ਼ਿਆਦਾ ਬਰੀਕ ਪਾਉਣੇ ਚਾਹੁੰਦੇ ਹੋ, ਥੋੜ੍ਹਾ ਹੋਰ ਟਾਈਮ ਲਾ ਕੇ ਅਤੇ ਥੋੜ੍ਹੇ ਜਿਹੇ ਹੋਰ ਪਹਿਲਾਂ ਵੱਟ ਕੱਢ ਕੇ ਅਤੇ ਤੁਸੀਂ ਵੱਟ ਪਾ ਸਕਦੇ ਹੋ, ਬਹੁਤ ਹੀ ਵਧੀਆ ਵੱਟ ਪੈਣਗੇ ਤੁਹਾਡੇ ਸਾਰੇ ਵੀਰਾਂ ਦੇ ਇਸ ਤਰੀਕੇ ਨਾਲ। ਅਤੇ ਹਾਂਜੀ, ਤੁਸੀਂ ਪਹਿਲਾਂ ਅੱਗੋਂ ਵੀ ਨੁੱਕਰ ਨੂੰ ਵੀ ਚੰਗੀ ਤਰ੍ਹਾਂ ਜਿਹੜੇ ਵੱਟ ਆ ਸਾਰੀ ਮਤਲਬ ਬੈਕ ਸਾਈਡ ਤੋਂ ਵੀ ਵੱਟ ਪਾਉਣੇ ਆ, ਅੱਗੋਂ ਫਰੰਟ ਤੋਂ ਵੀ ਵੱਟ ਪਾਉਣੇ ਆ, ਕਿਤੋਂ ਵੀ ਮਤਲਬ ਜਿੱਥੋਂ ਵੀ ਵੱਟ ਤੁਹਾਡੇ ਨਹੀਂ ਪਏ ਤੁਸੀਂ ਹਰ ਜਗ੍ਹਾ 'ਤੇ ਵੱਟ ਪਾਉਣੇ ਆ, ਇਹਦੇ ਨਾਲ ਤੁਹਾਡੀ ਜਿਹੜੀ ਪੱਗ ਆ ਉਹ ਵਧੀਆ ਲੱਗੂਗੀ। ਹਾਂਜੀ, ਦੇਖੋ ਮੈਂ ਜਿਹੜੀ ਵੱਟ ਆ ਉਹ ਪਾ ਚੁੱਕਿਆ, ਹਰ ਇੱਕ ਜਗ੍ਹਾ 'ਤੇ ਪਾਏ ਆ। ਹਾਂਜੀ, ਅੱਗੋਂ ਵੀ ਪੂਰੇ ਕਲੀਅਰ ਵੱਟ ਪਏ ਹੋਏ ਆ ਮੇਰੇ ਪਿੱਛੋਂ ਵੀ, ਤੁਸੀਂ ਦੇਖ ਸਕਦੇ ਹੋ। ਹਾਂਜੀ, ਹੁਣ ਅਸੀਂ ਆਪਣਾ ਜਿਹੜਾ ਲਾੜਾ ਇਹ ਸਾਫ਼ ਕਰਕੇ ਲਗਾਵਾਂਗੇ ਲਾਸਟ, ਇਹ ਜਿਹੜਾ ਵੀਰ ਜੀ ਲਾਸਟ ਲੜ ਹੁੰਦਾ ਹੈ, ਇਹਨੂੰ ਪੂਰਾ ਸਾਫ਼ ਕਰਕੇ ਲਾਈਦਾ, ਵੱਟਾਂ ਵਾਲਾ ਨਹੀਂ ਲਾਈਦਾ। ਜੇ ਤੁਸੀਂ ਵੱਟਾਂ ਵਾਲਾ ਲਾਉਣਾ ਚਾਹੁੰਦੇ ਹੋ ਲਾ ਲਓ, ਬਾਕੀ ਵੀਰ ਜੀ ਮੈਂ ਜਿਹੜਾ ਲਾਸਟ ਲੜਾ ਉਹ ਸਾਫ਼ ਕਰਕੇ ਲਗਾਉਂਦਾ ਪੂਰਾ, ਅਤੇ ਮੈਂ ਉਮੀਦ ਕਰਦਾ ਤੁਸੀਂ ਵੀ ਸਾਫ਼ ਕਰਕੇ ਲਗਾਉਂਦੇ ਹੋਵੋਗੇ ਜੀ। ਸਿੰਪਲੀ ਹੁਣ ਅਸੀਂ ਇਸ ਜਿਹੜੇ ਪੱਲੇ ਨੂੰ ਪੂਰੀ ਤਰੀਕੇ ਨਾਲ ਸਾਫ਼ ਕਰਾਂਗੇ। ਇਹ ਸਾਫ਼ ਕਰਨ ਤੋਂ ਬਾਅਦ ਉੱਪਲੀ ਜਿਹੜੀ ਆਪਣੀ ਚੀਜ਼ ਹੁੰਦੀ ਆ, ਕਈਆਂ ਵੀਰਾਂ ਨੇ ਕਿਹਾ ਵੀ ਆਪਾਂ ਜਿਹੜਾ ਲਾਸਟ ਲਾੜ ਲਾਉਂਦੇ ਹਾਂ ਅਤੇ ਜਿਹੜਾ ਸਾਡਾ ਪੱਗ ਦਾ ਕੱਪੜਾ ਅੰਦਰ ਵੱਲ ਨੂੰ ਮੁੜ ਜਾਂਦਾ। ਹਾਂਜੀ ਵੀ ਜੀ, ਅਗਲੀ ਜਿਹੜੀ ਚੀਜ਼ ਨਾ ਇਹ ਤੁਸੀਂ ਟਾਈਟ ਕਰਕੇ ਰੱਖਿਆ ਕਰੋ, ਜਿਹੜੀ ਆਪਣੀ ਨੁੱਕਰ ਲਾਗੋ ਚੀਜ਼ ਹੁੰਦੀ ਹੈ ਤੁਸੀਂ ਟਾਈਟ ਨਹੀਂ ਕਰਦੇ। ਅਤੇ ਹਾਂਜੀ, ਜਿੱਥੇ ਮੈਂ ਆਵਾਜ਼ ਫੇਰਦਾ ਪਿਆ, ਅਤੇ ਵੀਰ ਜੀ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਹੈ ਨਾ ਫਿਰ ਜਿਹੜਾ ਲਾਸਟ ਲਾੜ ਆ ਉਹ ਸਹੀ ਨਹੀਂ ਲੱਗਦਾ। ਅਤੇ ਸਾਰੇ ਵੀਰ ਜਿੱਥੇ ਮੈਂ ਆਵਾਜ਼ ਫੇਰਦਾ ਪਿਆ ਸੀ ਸਾਰੇ ਵੀਰ ਇੱਦਾਂ ਕਰਕੇ ਲਾਸਟ 'ਤੇ ਆਵਾਜ਼ ਫੇਰਿਆ ਕਰੋ, ਜਿਹੜੀ ਤੁਹਾਡੀ ਇਹ ਚੀਜ਼ ਹੈ ਵੀ ਬਹੁਤ ਵਧੀਆ ਸੈੱਟ ਹੋ ਜੂਗੀ। ਅਤੇ ਹਾਂਜੀ, ਹੁਣ ਤੁਹਾਨੂੰ ਅਸੀਂ ਲਾਸਟ ਲਾੜ ਲਗਾ ਕੇ ਦੱਸਦੇ ਹਾਂ। ਮੇਰਾ ਥੋੜ੍ਹਾ ਜਿਹਾ ਪੱਲਾ ਵੱਡਾ ਆ ਗਿਆ, ਫਿਰ ਵੀ ਮੈਂ ਤੁਹਾਨੂੰ ਲਾ ਕੇ ਦੱਸਦਾ ਲਾਸਟ ਲਾੜ ਕਿੱਦਾਂ ਲਾਉਣਾ। ਵੀ ਸਿੰਪਲੀ ਪਹਿਲਾਂ ਤੁਸੀਂ ਇਹ ਲੜ 'ਚ ਜੇ ਤੁਸੀਂ ਵੱਟ ਪਾਉਣਾ ਚਾਹੁੰਦੇ ਹੋ ਵੱਟ ਪਾ ਲਓ, ਪਲੇਨ ਲਾਉਣਾ ਚਾਹੁੰਦੇ ਹੋ ਪਲੇਨ ਖਿੱਚ ਕੇ ਵੀਰ ਜੀ ਇੱਦਾਂ ਹੀ ਸਿੰਪਲੀ ਤੁਸੀਂ ਲਗਾ ਸਕਦੇ ਹੋ। ਹਾਂਜੀ ਵੀਰ ਜੀ, ਜਿਹੜੀ ਚੀਜ਼ 'ਚ ਆਪਾਂ ਆਵਾਜ਼ ਫੇਰਿਆ ਸੀ ਉਹ ਦੇਖਿਓ, ਹੁਣ ਉਹ ਬੈਠੂਗੀ ਨਹੀਂ, ਉੱਦਾਂ ਹੀ ਖੜੀ ਰਹੀ ਆ। ਅਤੇ ਸਾਰੇ ਵੀਰਾਂ ਨੇ ਕਹਿੰਦੇ ਸੀ ਵੀ ਜਦੋਂ ਵੀ ਅਸੀਂ ਲਾਸਟਰ ਲਾਉਂਦੇ ਹਾਂ ਸਾਡੇ ਕੋਲ ਜਿਹੜੀ ਲਾਸਟ ਪੱਟ ਇਹ ਹੁੰਦਾ ਲਾੜੇ ਨਹੀਂ ਲੱਗਦਾ। ਅਤੇ ਤੁਸੀਂ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਲਗਾਇਆ ਗਿਆ ਵਾ। ਅਤੇ ਹਾਂਜੀ, ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਹਾਂਜੀ, ਅਗਲੀ ਵੀਡੀਓ ਦੀ ਉਡੀਕ ਕਰੋ, ਥੋੜ੍ਹੇ ਚਿਰ ਤੱਕ ਆਊਗੀ। ਉਹਨਾਂ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।